कारपोरेट कराने मुर्दाबाद, मोदी जी सरकार मुर्दाबाद, कारपोरेट कराने मुर्दाबाद, सरकार तो ना चेक करो, बीजेपी की सरकार मुर्दाबाद, सरकार तो ना चेक करो, कारपोरेट कराने मुर्दाबाद, कारपोरेट कराने मुर्दाबाद। केंद्र सरकार वालों खेती संबंधी जिहड़े तीन कानून पास किए गए उन्होंने कानूनों नूं लैके पंजाब दे विच हरियाणा दे विच लगातार विरोध हो रहा है। पंजाब दे किसान 35 दिनों तो संघर्ष के मैदान दे विच ने। बीजेपी आगुआं दे घरां अगे, टोल प्लाजिआं अगे, रिलायंस मॉलां अगे, रेलवे स्टेशनां ते लगातार संघर्ष कर रहे हैं। अज 35वां दिन हैगा। पंजाब सरकार ते केंद्र सरकार दा वी आस विच टकराव हो गया। कैप्टन अमरिंदर सिंह नूं ते उत्थों दे कांग्रेस दे सांसदां नूं जिहड़ा केंद्रीय मंत्री ते राष्ट्रपति वालों कोरी ना करन तों बाद अज उत्थे कैप्टन अमरिंदर सिंह वालों समुचे ਵਿਧਾਇਕਾਂ ਨੂੰ ਨਾਲ ਲੈ ਕੇ ਰਾਜਘਾਟ ਅੱਗੇ ਧਰਨਾ ਲਾਇਆ ਗਿਆ ਰਿਹਾ। ਸਾਡੇ ਨਾਲ ਭਾਰਤੀ ਕਿਸਾਨ ਯੂਨੀਅਨ ਏਕਤਾ ਗਰਾਹਾਂ ਦੇ ਆਗੂ ਨੇ, ਅਸੀਂ ਬਰਨਾਲਾ 'ਚ ਆਗਾ, ਤਸਵੀਰਾਂ ਬਰਨਾਲਾ ਦੀਆਂ ਨੇ, ਅਸੀਂ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਸਾਡੇ ਨਾਲ ਯੂਨੀਅਨ ਦੇ ਆਗੂ ਨੇ ਕ੍ਰਿਸ਼ਨ ਜੀ, ਕ੍ਰਿਸ਼ਨ ਜਿਹੜਾ ਅੱਜ ਧਰਨਾ ਲਾਇਆ ਗਿਆ ਕੈਪਟਨ ਅਮਰਿੰਦਰ ਸਿੰਘ ਵੱਲੋਂ, ਉਹਨੂੰ ਕਿਵੇਂ ਦੇਖਦੇ ਹੋ? ਇਹ ਜੀ ਪਹਿਲੀ ਗੱਲ ਤਾਂ ਰਾਸ਼ਟਰਪਤੀ ਨੂੰ ਚਿੱਠੀ ਲਿਖੀ ਹੈ। ਇਹ ਮੁੱਦਾ ਪ੍ਰਧਾਨ ਮੰਤਰੀ ਦੇ ਲੈਵਲ ਦਾ। ਕੈਪਟਨ ਅਮਰਿੰਦਰ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਦੀ ਕੋਸ਼ਿਸ਼ ਕਰਨੀ ਸੀ। ਜੇ ਪ੍ਰਧਾਨ ਮੰਤਰੀ ਨਾ ਮਿਲਦਾ, ਉਹ ਪ੍ਰਧਾਨ ਮੰਤਰੀ ਦੇ ਗੇਟ ਮੂਹਰੇ ਧਰਨਾ ਪੰਜਾਬ ਸਰਕਾਰ ਨੇ ਲਾਉਣਾ ਸੀ। ਇਹ ਰਾਸ਼ਟਰਪਤੀ ਦਾ ਰੋਲ ਘੱਟ ਹੈ। ਚਾ ਜਿੱਥੇ ਤੱਕ ਪ੍ਰਧਾਨ ਮੰਤਰੀ ਕਾਨੂੰਨ ਪਾਸ ਕਰਦਾ ਹੈ, ਚਾਹੇ ਪਰਾਲੀ ਦਾ ਹੋਵੇ, ਚਾਹੇ ਖੇਤੀ ਵਾਲੇ ਆਰਡੀਨੈਂਸਾਂ ਦਾ ਹੋਵੇ, ਉਹ ਪ੍ਰਧਾਨ ਮੰਤਰੀ ਦੇ ਮੂਹਰੇ ਜਿਹੜੀ ਰਹਿਸ ਹੈ ਉਹਦੇ ਮੂਹਰੇ ਧਰਨਾ ਲਾਉਣਾ ਪੰਜਾਬ ਸਰਕਾਰ ਦਾ ਬਣਦਾ ਸੀ ਅੱਜ। ਦੂਜਾ ਜੇ ਗੱਲ ਕਰੀਏ ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਉਸ ਧਰਨੇ ਦੇ ਵਿੱਚ ਸ਼ਾਮਲ ਨਹੀਂ ਹੋਏ, ਹੋਰ ਜਿਹੜੇ ਜਿਵੇਂ ਬਾਗੀ ਵਿਧਾਇਕ ਨੇ ਉਹ ਸ਼ਾਮਲ ਹੋਏ ਆ, ਉਹਨੂੰ ਕਿਵੇਂ ਦੇਖਦੇ? ਇਹ ਕੋਈ ਆਪ ਬੀਤੀ ਇਹਨਾਂ ਦਾ ਮਤਭੇਦ ਹੋ ਸਕਦਾ। ਜਿਵੇਂ ਪਹਿਲਾਂ ਇਕੱਠੇ ਹੋ ਕੇ ਸਾਰੇ ਰਾਜਪਾਲ ਕੋਲ ਗਏ ਨੇ, ਚਾਹੇ ਉਹ ਕਾਨੂੰਨ 'ਚ ਚੋਰ ਮੋਰੀਆਂ ਰੱਖੀਆਂ ਇਹਨਾਂ ਨੇ, ਅੱਜ ਵੀ ਇਹਨਾਂ ਨੂੰ ਸਮੁੱਚੇ ਇਕੱਠੇ ਹੋ ਕੇ ਜੇ ਇਹ ਕਿਸਾਨਾਂ ਦੇ ਸੱਚੀ ਮੁੱਚੀ ਹੱਕ 'ਚ ਦੀ, ਪੰਜਾਬ ਦੇ ਲੋਕਾਂ ਦੇ ਹੱਕ 'ਚ ਦੀ, ਅੱਜ ਸਮੁੱਚੀ ਸਾਰੇ ਨਾਗਰਿਕਤਾ ਜਿੰਨੀ ਭਾਰਤ ਦੇ ਪੰਜਾਬ ਦੇ ਉਹਨਾਂ 'ਤੇ ਸਾਰਿਆਂ 'ਤੇ ਹਮਲਾ ਹੈ। ਅੱਜ ਜਿਵੇਂ ਜਥੇਬੰਦੀਆਂ ਇਕੱਠੀਆਂ ਹੋਈਆਂ 350, ਜਿਵੇਂ ਕੱਲ੍ਹ ਦਾ ਜਾਮ ਦਿੱਤਾ ਜਥੇਬੰਦੀਆਂ ਨੇ 5 ਦਾ, ਤਾਂ ਇਹਨਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਪ੍ਰਧਾਨ ਮੰਤਰੀ ਦੇ ਰਹਿਸ ਦੇ ਮੂਹਰੇ ਸਾਰਿਆਂ ਨੇ ਇਕੱਠੇ ਨਹੀਂ ਬੈਠਣਾ ਸੀ ਅੱਜ। ਸਾਡੇ ਨਾਲ ਹੋਰ ਵੀ ਆਗੂ ਨੇ, ਜੇ ਗੱਲ ਕਰੀਏ ਜਿਵੇਂ ਟ੍ਰੇਨਾਂ ਲਗਾਤਾਰ ਬੰਦ ਨੇ ਜੀ, ਬਿਜਲੀ ਦੀ ਵੀ ਸਮੱਸਿਆ ਸ਼ੁਰੂ ਹੋ ਗਈ, ਥਰਮਲ ਬੰਦ ਹੋ ਗਏ ਨੇ, ਖਾਦ ਨਹੀਂ ਆ ਰਹੀ ਗੀ, ਕਣਕ ਵੀ ਬੀਜਣੀਆਂ ਕਿਸਾਨਾਂ ਨੇ, ਇਹਦੇ 'ਤੇ ਕੀ ਕਹਿਣਾ ਚਾਹੋਗੇ? ਦੇਖੋ ਜੀ, ਇੱਥੋਂ ਤੱਕ ਟ੍ਰੇਨਾਂ ਬੰਦ ਕੀਤੀਆਂ ਹੈ, ਇਹ ਕੇਂਦਰ ਸਰਕਾਰ ਦੀ ਸਾਜ਼ਿਸ਼ ਹੈ। ਕਿਸੇ ਵੀ ਜਥੇਬੰਦੀ ਨੇ ਕੋਈ ਟਰੈਕ ਨਹੀਂ ਰੋਕਿਆ। ਬੀਕੇ ਯੂ ਏਕਤਾ ਗਰਾਹਾਂ ਵੱਲੋਂ ਜੋ ਥਰਮਲ ਹੈ ਬਣਾ ਵਾਲੀ ਜਾਂ ਆਪਣਾ ਰਾਜਪੁਰਾ, ਉਹ ਵੀ ਜਿਹੜੀਆਂ ਉਹਨੇ ਪ੍ਰਾਈਵੇਟ ਲੈਣਾ ਨੇ ਉੱਥੇ ਬੈਠੇ ਆ, ਬਾਕੀ ਥਾਂ ਛੱਡਿਆ ਹੋਇਆ। ਇਹ ਬਦਨਾਮ ਕਰਨ ਵਾਲੀਆਂ ਸਾਰੀਆਂ ਜਥੇਬੰਦੀਆਂ ਨੂੰ ਬਦਨਾਮ ਕਰਨ ਵਾਸਤੇ ਇਹ ਕਿਸਾਨਾਂ ਨੂੰ ਕਹਿ ਰਹੇ ਨੇ ਵੀ ਤੁਹਾਡੀ ਖਾਤਰ ਜਿਹੜਾ ਵੀ ਟਰੈਕ ਨੇ ਬੰਦ ਕਰੀ ਬੈਠੇ ਨੇ, ਕਿ ਤੁਹਾਡੀ ਖਾਤਰ ਇਹ ਨਹੀਂ ਆਉਣਾ ਅਤੇ ਆਪਣਾ ਕੋਲਾ ਨਹੀਂ ਆਉਣਾ ਥਰਮਲਾਂ ਦੀ ਖਾਤਰ। ਇਹ ਗਲਤ ਗੱਲ ਕਰ ਰਹੇ ਨੇ, ਕਿਸਾਨਾਂ ਨੂੰ ਗੁੰਮਰਾਹ ਕਰ ਰਹੇ ਨੇ। ਕਿਸੇ ਵੀ ਜਥੇਬੰਦੀ ਨੇ ਕੋਈ ਟਰੈਕ ਨਹੀਂ ਰੋਕਿਆ। ਸਾਨੂੰ ਲੱਗ ਰਿਹਾ ਹੈ ਜਿਵੇਂ ਕੱਲ੍ਹ ਨੂੰ ਪੂਰਾ ਦੇਸ਼ ਵਿਆਪੀ ਹੜਤਾਲ ਆ ਗਈ ਬਰਨਾਲਾ ਦੇ ਵਿੱਚ, ਕਿੱਥੇ ਕਿੱਥੇ ਜਿਹੜੀ ਆਵਾਜਾਈ ਉਹ ਰੁਕੀ ਜਾਊਗੀ? ਹਾਂਜੀ, ਇਹ ਕਿਉਂਕਿ ਸਾਰੀਆਂ ਜਿੰਨੀਆਂ ਜਨਤਕ ਜਥੇਬੰਦੀਆਂ ਸਾਰੀਆਂ ਨੇ ਮੀਟਿੰਗ ਹੋਈ ਹੈ, ਉਹ ਭਾਵੇਂ 150 ਜਥੇਬੰਦੀ ਹੈ, ਭਾਵੇਂ 250 ਹੈ, ਵਿੱਚੇ ਸਾਰੀਆਂ ਇੱਥੋਂ ਪੰਜਾਬ ਦੀਆਂ ਜਥੇਬੰਦੀਆਂ ਸਾਰਿਆਂ ਨੇ ਮੀਟਿੰਗ ਕਰਕੇ ਪੂਰੀ ਜਾਣੀ ਦੇਸ਼ ਦੇ ਵਿੱਚ ਹੜ ਮੁਕੰਮਲ ਤੌਰ 'ਤੇ ਬੰਦ ਕਰਨ ਦੀ ਸੱਦਾ ਦਿੱਤਾ ਹੈ। ਇਹ ਤਾਂ ਪੂਰੀ ਆਸ ਹੈ, ਜਿਵੇਂ 25 ਤਰੀਕ ਵਾਲਾ ਪੂਰਾ ਦੇਸ਼ ਬੰਦ ਹੋਇਆ ਸੀ, ਇਵੇਂ ਜੁਕਰੀ ਕੱਲ੍ਹ ਨੂੰ ਪੂਰਾ ਦੇਸ਼ ਭਾਰਤ ਬੰਦ ਹੋਊਗਾ। ਹੋਰ ਵੀ ਆਗੂ ਨੇ ਗਗਨ ਜੀ, ਕਿਵੇਂ ਲੱਗ ਰਿਹਾ ਹੈਗਾ ਜਿਵੇਂ 35 ਦਿਨ ਹੋ ਗਏ ਨੇ, ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜਾ ਸੰਘਰਸ਼ ਹੈ ਇਹ ਕੀ ਰੂਪ ਲਊਗਾ? ਮੇਰੇ ਖਿਆਲ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਇਹ ਤਿੱਖਾ ਰੂਪ ਹੀ ਲਊਗਾ, ਕਿਉਂ ਜਿਹੜੀਆਂ ਹਿੰਦੁਸਤਾਨ ਦੀ ਹਾਕਮ ਸਰਕਾਰ ਆ ਇੱਕ ਡਿਕਟੇਟਰਸ਼ਿਪ ਵਾਲੀ ਗੱਲਾਂ 'ਤੇ ਆ ਗਈ ਹੈ, ਵੀ ਉਹ ਲੋਕਾਂ ਵਾਲੀ ਪਾਰਟੀ ਜਾਂ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਵਾਲੀ ਗੱਲ ਨਹੀਂ ਕਰ ਰਹੇ, ਉਹ ਸਿਰਫ ਮੁੱਠੀ ਭਰ ਪੂੰਜੀਪਤੀਆਂ ਦੀ ਹੋ ਕੇ ਹੀ ਰਹਿ ਗਈ ਆ ਸਿਰਫ। ਬਰਨਾਲਾ ਦੇ ਵਿੱਚ ਕੱਲ੍ਹ ਨੂੰ ਜਿਹੜਾ ਦੇਸ਼ ਵਿਆਪੀ ਹੜਤਾਲ ਆ ਗਈ, ਚੱਕਾ ਜਾਮ ਕੀਤਾ ਜਾਣਾ, ਕੀ ਤਿਆਰੀ ਆ, ਕਿੰਨੇ ਕਿੰਨੇ ਥਾਵਾਂ 'ਤੇ ਜਿਹੜਾ ਰੋਡ ਜਾਮ ਆ ਉਹ ਕੀਤਾ ਜਾਊ? ਇਹ ਖੈਰ ਇਸ ਬਾਰੇ ਸਾਡੇ ਸੂਬੇ ਦੇ ਜਿਹੜੇ ਆਗੂ ਨੇ ਉਹ ਤੁਹਾਨੂੰ ਜਿਹੜੇ ਨਾਕੇ ਆ ਮੁੱਖ ਉਹ ਦੱਸ ਸਕਣਗੇ, ਪਰ ਸਾਡੀ ਡਿਊਟੀ ਆ ਜਿਹੜੀ ਅਸੀਂ ਟੋਲ ਪਲਾਜ਼ਾ ਬੜਬਰ 'ਤੇ ਲਾਉਣੀ ਹੈ, ਅਤੇ ਬੜਾ ਭਰਮਾ ਹੁੰਗਾਰਾ ਮਿਲ ਰਿਹਾ ਪਿੰਡਾਂ ਦੇ ਵਿੱਚੋਂ, ਅਤੇ ਬਹੁਤ ਅਸੀਂ ਨੌਜਵਾਨੀ ਵੀ ਸਾਡੀ ਬਹੁਤ ਉਤਸ਼ਾਹਿਕ ਹੈ, ਅਤੇ ਇਸ ਗੱਲ ਨੂੰ ਅਸੀਂ ਪੁਰਜ਼ੋਰ ਨਾਲ ਅਪੀਲ ਵੀ ਲੋਕਾਂ ਨੂੰ ਕਰਦੇ ਹਾਂ ਵੀ ਇਹੀ ਆਪਣੇ ਇੱਕ ਅਖੀਰੀ ਆਪਣੇ ਡਿਸੀਜਨ ਮੇਕਿੰਗ ਫੈਸਲੇ ਨੇ ਆਪਣੇ, ਇਹ ਇਹਨਾਂ ਨੇ ਆਪਣੇ ਜਿਹੜੇ ਕੋਈ ਆਪਣੇ ਹਿੱਤ ਦੇ ਵਿੱਚ ਫੈਸਲੇ ਇਹ ਆਪਣੇ ਇਕੱਠਾਂ ਨੇ ਡਿਕਲੇਅਰ ਕਰਨੇ ਨੇ, ਇਹ ਉਹਨਾਂ ਨੂੰ ਅਸੀਂ ਸੱਦਾ ਤੁਹਾਡੇ ਮਾਧਿਅਮ ਰਾਹੀਂ ਦਿੰਦੇ ਹਾਂ ਵੀ ਤੁਸੀਂ ਵੱਧ ਚੜ ਕੇ ਆਓ, ਪਰ ਉਤਸ਼ਾਹ ਸਾਡੇ ਨੌਜਵਾਨੀ ਦੇ ਵਿੱਚ ਵੀ, ਸਾਡੇ ਬਜ਼ੁਰਗਾਂ ਦੇ ਵਿੱਚ ਵੀ, ਅਸੀਂ ਇੱਕ ਦੂਜੇ ਤੋਂ ਮੂਹਰੇ ਹੋ ਕੇ ਅਸੀਂ ਲੜਾਈ ਲੜਨ ਦੀ ਸਮਰੱਥਾ ਰੱਖ ਰਹੇ ਹਾਂ।
सो ये सन भारतीय किसान यूनियन एकता आगराहां दे आगू जिन्होंने कहा कि लगातार 35 दिनों तो इन कानूनों रद्द करवाने लिए पंजाब के किसान आ जिहड़े संघर्ष के मैदान दे विच ने 35 दिनों तो बीजेपी आगुआं दे जिहड़े घरां दे अगे लगातार डटे हुए ने ते कल नूं देश व्यापी भारत बंद के सद्दे ते पूरे पंजाब दे विच लगभग 4 घंटे जिहड़ा चक्का जाम किया जा रहा पूरे भारी इकट्ठ दे रूप दे विच ओह चक्का जाम होगा ते इन्हां ने पंजाब सरकार दी तो मंग की हैगी जिहड़ा खाद की जिहड़ी ड्यूटी आ ओह पहुँचाउण दी जिहड़ी पंजाब सरकार दी हैगी उन्हां नूं चाहे ट्रकां राहीं खाद आ जिहड़ी ओह किसानां तक पहुँचदी की जाए तो केंद्र सरकार नूं भी अपील की है भी जिहड़ियां रेलवे ट्रैक बिल्कुल खाली ने तो जिहड़ियां रेलवे जिहड़ियां माल गड्डियां ने ओह चलाइयां जाण। बरनाला तो कमलजीत संधु, न्यूज़ पंजाब, हरियाणा, हिमाचल। कितनी प्यारी, आए हाय, जाने क्या खाए। 6 महीने में होगा माँ का दूध ही। ना रे ना, जरूर खाए कुछ और भी। दीदी चावल का माड़ या फिर दाल का पानी, ध्यान से देख है कुछ और कहानी। मुन्नी ऐसी बढ़ती जाए। बताओ ना क्या क्या खाए। यही सब बस 6 महीने की हुई अभी तो। अरे तभी तो। घर में जो भी हो सब पकाओ, गाढ़ा बनाओ और खिलाओ। 6 महीने जब पूरे हो जाएं, पेट पूजा की घड़ी आए